ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਸ਼ਾ ਜੀ ਦੀ ਜਨਮ ਸਾਖੀ ਬਾਰੇ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਪਾਸ਼ਾ ਜੀ ਦੀ ਇਹ ਜੋ ਸਾਖੀ ਹੈ ਇਹ ਜੋ ਕਥਾ ਹੈ ਭਾਈ ਬਾਲਾ ਜੀ ਦੇ ਦੁਆਰਾ ਗੁਰੂ ਅੰਗਦ ਪਾਸ਼ਾ ਜੀ ਨੂੰ ਸੁਣਾਈ ਗਈ ਸੀਗੀ ਗੁਰੂ ਨਾਨਕ ਪਾਸ਼ਾ ਜੀ ਦਾ ਜਨਮ ਸੰਮਤ 1526 ਇਕਤਕ ਦੀ ਪੂਰਨਮਾਸੀ ਨੂੰ ਤੇ ਅੰਗਰੇਜ਼ੀ ਕੈਲੰਡਰ ਦੇ ਦੁਆਰਾ ਲਾਈਆ ਤਾਂ ਇਹ 1469 ਬਣਦਾ ਜਦੋਂ ਗੁਰੂ ਨਾਨਕ ਪਾਸ਼ੇ ਦਾ ਜਨਮ ਹੋਇਆ ਤਾਂ ਉਹਨਾਂ ਦੇ ਪਿਤਾ ਕਲਿਆਣ ਚੰਦ ਜੀ ਕਹ ਲੋ ਜਾਂ ਮਹਿਤਾ ਕਾਲੂ ਜੀ ਕਹ ਲੋ ਉਹ ਹਰदयाल ਪ੍ਰੋਹਤ ਪੰਡਿਤ ਪਾਸ ਗਏ ਤਾਂ ਹਰदयाल ਪ੍ਰੋਹਤ ਨੇ ਪੁੱਛਿਆ ਭਾਈ ਤੁਸੀਂ ਇਸ ਵੇਲੇ ਕਿਉਂ ਆਇਓ ਤਾਂ ਕਲਿਆਣ ਚੰਦ ਜੀ ਨੇ ਆਖਿਆ ਕਰੇ ਬਾਲਕ ਨੇ ਜਨਮ ਲਤਾ ਹੈ ਤੁਸੀਂ ਆਵੋ ਤੇ ਪੱਤਰੀ ਲਿਖੋ ਤਾਂ ਹਰदयाल ਪ੍ਰੋਹਤ ਨੇ ਕਿਹਾ ਠੀਕ ਆ ਤੁਸੀਂ ਚਲੋ ਅਸੀਂ ਸੇਵਾ ਪੂਜਾ ਵਗੈਰਾ ਕਰਕੇ ਆਉਨੇ ਆ ਤਦ ਦਿਨ ਚੜ੍ਹਦੇ ਥੋੜੇ ਚਿਰਾਂ ਬਾਅਦ ਹਰदयाल ਪ੍ਰੋਹਤ ਮੈਂ ਤਾਂ ਕਾਲੂ ਜੀ ਦੇ ਘਰੇ ਪੁੱਜੇ ਤਾਂ ਉੱਥੇ ਵਿਛੋਣੇ ਚਾਦਰਾਂ ਵਗੈਰਾ ਬਿਸ਼ੀਆਂ ਹੋਈਆਂ ਸੀਗੀਆਂ ਤਾਂ ਉੱਥੇ ਪੰਡਿਤ ਜੀ ਆ ਕੇ ਬੈਠੇ ਤਾਂ ਪੰਡਤ ਜੀ ਨੇ ਮਹਿਤਾ ਕਾਲੋਜੀ ਪਾਸੋਂ ਕਾਗਜ਼ ਤੇ ਕੇਸਰ ਮੰਗਵਾਇਆ ਤਾਂ ਮਹਿਤਾ ਕਾਲੋਜੀ ਨੇ ਕਾਗਜ਼ ਕੇਸਰ ਚਾਵਲ ਗੁੜ ਇਤਿਆਦਿਕ ਪੰਡਤ ਜੀ ਨੂੰ ਦਿੱਤਾ ਤਾਂ ਪੰਡਤ ਜੀ ਨੇ ਮਹਿਤਾ ਕਾਲੋਜੀ ਨੂੰ ਪੁੱਛਿਆ ਵੀ ਸਾਨੂੰ ਸਮਾਂ ਦੱਸੋ ਜਦੋਂ ਬਾਲਕ ਦਾ ਜਨਮ ਹੋਇਆ ਸੀਗਾ ਮਹਿਤਾ ਜੀ ਮਹਿਤਾ ਕਾਲੋਜੀ ਕਹਿੰਦੇ ਵੀ ਜਿੱਥੇ ਤੱਕ ਸਾਨੂੰ ਖਬਰ ਆ ਇੱਕ ਘੜੀ ਤੇ ਦੋ ਪਹਿਰ ਰਾਤ ਬੀਤੀ ਤਾਂ ਬਾਲਕ ਦਾ ਜਨਮ ਹੋਇਆ ਬਾਕੀ ਤੁਸੀਂ ਦੋ ਤਾਦਾਈ ਪਾਸੋਂ ਪੁੱਛੋ ਉਹਨਾਂ ਨੂੰ ਪਤਾ ਹੈ ਦੋਤਾਦਾਈ ਨੂੰ ਬਾਹਰ ਬੁਲਾਇਆ ਗਿਆ ਤੇ ਮਹਤਾ ਕਾਲੂ ਜੀ ਨੇ ਆਖਿਆ ਵੀ ਜੋ ਵੀ ਪੰਡਿਤ ਪੁੱਛ ਰਹੇ ਨੇ ਇਹਨਾਂ ਨੂੰ ਦੱਸੋ ਦੋਤਾਦਾਈ ਨੇ ਆਖਿਆ ਪੰਡਿਤ ਜੀ ਪੁੱਛੋ ਕਿ ਆ ਪੁੱਛ ਦਿਆਂ ਤਾਂ ਪੰਡਿਤ ਜੀ ਨੇ ਕਿਹਾ ਵੀ ਜਦੋਂ ਬੱਚੇ ਦਾ ਜਨਮ ਹੋਇਆ ਤਦ ਉਸ ਬਾਰੇ ਦੱਸੋ ਦੋਤਾਦਾਈ ਨੇ ਸਭਾ ਦੱਸਿਆ ਤੇ ਨਾਲ ਇਹ ਵੀ ਕਿਹਾ ਵੀ ਜਦੋਂ ਬੱਚੇ ਦਾ ਜਨਮ ਹੋਇਆ ਮੈਂ ਬਹੁਤ ਹੈਰਾਨ ਆ ਕਿਉਂਕਿ ਮੇਰੇ ਹੱਥੋਂ ਬਹੁਤ ਸਾਰੇ ਬੱਚਿਆਂ ਦੇ ਜਨਮ ਹੋਏ ਨੇ ਪਰ ਇਹ ਬਾਲਕ ਬਿਲਕੁਲ ਅਲੱਗ ਸੀ ਇਸ ਗੱਲੋਂ ਮੈਂ ਬਹੁਤ ਹੈਰਾਨ ਆ ਇੱਥੇ ਹੋਰ ਵੀ ਇੱਕ ਸਾਖੀ ਹੁੰਦੀ ਹੈ ਵੀ ਜਦੋਂ ਗੁਰਨਾਨਕ ਪਾਸ਼ਾ ਜੀ ਦਾ ਜਨਮ ਹੋਇਆ ਸੀਗਾ ਅਵਤਾਰ ਧਾਰਿਆ ਸੀਗਾ ਤਦ ਪ੍ਰਕਾਰ ਕਮਰੇ ਦੇ ਵਿੱਚ ਕਾफी ਪ੍ਰਕਾਸ਼ ਹੋ ਗਿਆ ਸੀਗਾ ਤੇ ਜੋ ਦੋਦਾਦਾਏ ਸੀ ਉਹਨਾਂ ਨੇ ਗੁਰਨਾਨਕ ਪਾਸ਼ਾ ਜੀ ਨੂੰ ਚੁੰਮ ਲਿਆ ਸੀਗਾ ਤੇ ਜਿਸ ਕਰਕੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਵੀ ਪ੍ਰਾਪਤ ਉਸੇ ਵਕਤ ਇਹੀ ਹੋ ਗਈ ਸੀ ਤੇ ਇਹ ਵੀ ਸਾਖੀ ਪ੍ਰਚਲਿਤ ਹੁੰਦੀ ਹੈ ਤੇ ਮੈਂ ਸੋਚਿਆ ਇਹ ਵੀ ਤੁਹਾਨੂੰ ਮੈਂ ਦੱਸਾਂ ਦਾਈ ਪਾਸੋਂ ਸਭ ਸੁਣਨ ਤੋਂ ਬਾਅਦ ਪੰਡਤ ਦਿਆਲ ਪ੍ਰੋਤ ਨੇ ਮਹਿਤਾ ਕਾਲੂ ਜੀ ਨੂੰ ਆਖਿਆ ਮਹਿਤਾ ਕਾਲੂ ਜੀ ਸੁਣੋ ਇਸ ਬਾਲਕ ਦਾ ਜਨਮ 27 ਨਛਤਰੀਆ ਜਨਮਿਆ ਹੈ ਪਾਵ 27 ਨਛਤਰੀ ਜਨਮ ਹੋਇਆ ਹੈ ਇਸ 27 ਨਛਤਰੀਆ ਮੈਨੂੰ ਵੀ ਨਹੀਂ ਪਤਾ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਕਮੈਂਟ ਵਿੱਚ ਦੱਸੋ ਮੈਨੂੰ ਇਸ ਦਾ ਮਤਲਬ ਐਕਚੁਅਲ ਦੇ ਵਿੱਚ ਅਸਲ ਦੇ ਵਿੱਚ ਇਸ ਦਾ ਮਤਲਬ ਕੀ ਆ ਤੇ ਉਸ ਤੋਂ ਬਾਅਦ ਹਰਦਿਆਲ ਪ੍ਰੋਤ ਕਹਿੰਦੇ ਨੇ ਜੇ ਪਹਿਲੇ ਦੋ ਪਹਿਰ ਅੰਦਰ ਜਨਮਿਆ ਤਾਂ ਤਾਂ ਇਹ ਸ਼ਾਹੂਕਾਰ ਹੋਵੇਗਾ ਜੇ ਪਿਛਲੇ ਪੈਰ ਰਾਤ ਰਾਤ ਟਲੀ ਜਨਮਿਆ ਤਾਂ ਇਹਦੇ ਸਿਰ ਤੇ ਕੋਈ ਵੱਡਾ ਛਤਰ ਝੁੱਲੇਗਾ ਤੇ ਇਹ ਬਹੁਤ ਹੀ ਸ਼ੁਭ ਰਾਤ ਹੋਵੇਗੀ ਮਹਤਾ ਕਾਲੂ ਜੀ ਇਹ ਗੱਲ ਸੁਣ ਕੇ ਬੜੇ ਅश्चਰਜ ਹੋਏ ਭਾਗ ਬਹੁਤ ਹੈਰਾਨ ਹੋਏ ਵੀ ਕਿਸ ਤਰ੍ਹਾਂ ਦਾ ਛਤਰ ਝੁੱਲੇਗਾ ਪੰਡਤ ਹਰਦੇਵਾਲ ਪ੍ਰੋਤ ਨੇ ਮਹਤਾ ਕਾਲੂ ਜੀ ਨੂੰ ਆਖਿਆ ਵੀ ਅਸੀਂ ਬੱਚੇ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਲੈ ਕੇ ਆਵੋ ਤੇ ਮਾਤਾ ਤ੍ਰਿਪਤਾ ਦੇਵੀ ਜੀ ਨੇ ਮਨਾਂ ਕਰਤਾ ਸੀ ਕਿਉਂਕਿ ਕਾफी ਠੰਡ ਸੀ ਇਸ ਕਰਕੇ ਉਹਨੇ ਮਨਾਂ ਕਰਤਾ ਦਿੱਤਾ ਪੰਡਤ ਹਰਦੇয়াল ਪ੍ਰੋਤ ਨੇ ਕਿਹਾ ਵੀ ਜੇ ਕਿਸੇ ਵੀ ਪ੍ਰਕਾਰ ਦਾ ਕੋਈ ਵਿਗੜਵ ਵਗੈਰਾ ਹੋਇਆ ਤਾਂ ਅਸੀਂ ਠੀਕ ਕਰ ਦਵਾਂਗੇ ਮਹਿਤਾ ਕਾਲੂ ਜੀ ਫਿਰ ਬਾਲਕ ਨੂੰ ਅੰਦਰੋਂ ਲੈ ਕੇ ਆਏ ਤੇ ਪੰਡਤ ਜੀ પાસે ਪਗੜਾਇਆ ਉਹਨਾਂ ਨੂੰ ਦਰਸ਼ਨ ਕਰਵਾਏ ਤੇ ਪੰਡਤ ਕਾ ਵੀ ਗਿਆਨਵਾਨ ਸੀ ਤਾਂ ਉਹਨਾਂ ਨੇ ਬਾਲਕ ਦੇ ਜਦੋਂ ਦਰਸ਼ਨ ਕੀਤੇ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕੀਤੀ ਫਿਰ ਮਹਿਤਾ ਕਾਲੂ ਜਿਨੇ ਪੰਡਤ ਹਰਦੇয়াল ਪ੍ਰੋਹੋਤ ਜੀ ਤੋਂ ਪੁੱਛਿਆ ਵੀ ਇਹਨਾਂ ਦਾ ਨਾਮ ਕੀ ਰੱਖਣਾ ਹੈ ਇਹਨਾਂ ਦੇ ਗੁਣ ਦੱਸੋ ਤਾ ਹਰਦੀਾਲ ਪ੍ਰੋਹਤ ਨੇ ਕਿਹਾ ਵੀ ਅਸੀਂ ਇਹਨਾਂ ਦਾ ਨਾਮ ਆ ਜੋ ਸੋਧ ਕੇ ਰੱਖਾਂਗੇ ਵਿਚਾਰ ਕੇ ਰੱਖਾਂਗੇ ਤੇ 13 ਦਿਨ ਬਾਅਦ ਵਾਪਸ ਆਵਾਂਗੇ ਤੇ ਇਹਨਾਂ ਨੂੰ ਚੋਲਾ ਵੀ ਪਾਵਾਂਗੇ ਤੇ ਇਹ ਇਹਨਾਂ ਦਾ ਨਾਮ ਵੀ ਰੱਖਾਂਗੇ ਤੇ 13 ਦਿਨਾਂ ਬਾਅਦ ਪੰਡਤ ਹਰਦੀਾਲ ਪ੍ਰੋਹਤ ਮਹਤਾ ਕਾਲੂ ਜੀ ਦੇ ਘਰੇ ਵਾਪਸ ਆਏ ਤਦ ਉਹਨਾਂ ਨੇ ਉਹਨਾਂ ਦਾ ਬਾਲਕ ਦਾ ਨਾਮ ਨਾਨਕ ਨਿਰੰਕਾਰਾਈ ਰੱਖਿਆ ਮਹਤਾ ਕਾਲੂ ਜੀ ਨੂੰ ਇਹ ਨਾਮ ਪਸੰਦ ਨਾ ਆਇਆ ਉਹਨਾਂ ਨੇ ਕਿਹਾ ਵੀ ਇਹ ਨਾਮ ਜੋ ਹੈ ਹਿੰਦੂ ਤੁਰਕ ਦਾ ਸਾਂਝਾ ਹੈ ਤੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਤੁਸੀਂ ਇਹ ਰੱਖੋ ਤਾਂ ਪੰਡਤ ਹਰਦੇਵਾਲ ਪ੍ਰੋਤ ਨੇ ਕਿਹਾ ਵੀ ਜੋ ਤੇਰਾ ਪੁੱਤਰ ਹੈ ਜੋ ਇਹ ਬਾਲਕ ਹੈ ਇਹ ਵੱਡਾ ਅਵਤਾਰੀ ਹੈ ਇਸ ਨੂੰ Hindu ਅਤੇ Turk ਦੋਵੇਂ ਹੀ ਪੂਜਣਗੇ ਜੋ ਹੋਰ ਵੀ ਅਵਤਾਰ ਹੋਏ ਨੇ ਜਿਵੇਂ ਸ਼੍ਰੀ ਰਾਮ ਚੰਦਰ ਜੀ ਅਵਤਾਰ ਹੋਇਆ ਸ਼੍ਰੀ ਕ੍ਰਿਸ਼ਨ ਜੀ ਦਾ ਅਵਤਾਰ ਹੈ ਉਹਨਾਂ ਨੂੰ ਤਾਂ ਕੇਵਲ Hindu ਹੀ ਪੂਜਦੇ ਨੇ ਪਰ ਇਹਨਾਂ ਨੂੰ Hindu ਅਤੇ Turk ਦੋਵੇਂ ਹੀ ਪੂਜਣਗੇ ਤੇ ਇਸ ਦਾ ਨਾਮ ਜ਼ਮੀਨ ਆਸਮਾਨ ਵਿੱਚ ਰਹਿ ਜਾਵੇਗਾ ਤੇ ਬਣਤਰਣ ਵਿੱਚ ਇਸ ਦਾ ਨਾਮ ਰਹਿ ਜਾਵੇਗਾ ਭਵ ਜੰਗਲਾਂ ਬਨਸਪਤੀ ਵਿੱਚ ਇਸ ਦਾ ਨਾਮ ਮੂਝੇਗਾ ਤੇ ਸਮੁੰਦਰ ਇਸ ਨੂੰ ਰਾਹ ਦਵੇਗਾ ਧਰਤੀ ਇਸ ਨੂੰ ਰਾਹ ਦਵੇਗੀ ਆਸਮਾਨ ਵੀ ਇਸ ਨੂੰ ਰਾਹ ਦਵੇਗਾ ਤੇ ਇਹ ਇੱਕ ਨਿਰੰਕਾਰੀ ਦਾਹੀ ਜਾਪ ਕਰੇਗਾ ਤੇ ਦੂਜਿਆਂ ਨੂੰ ਜਪਾਏਗਾ ਇਹ ਵੱਡਾ ਧਰਮਾਤਮਾ ਗਿਆਨੀ ਧਿਆਨੀ ਹੋਵੇਗਾ ਅਤੇ ਬਿਨਾ ਪਰਮੇਸ਼ਵਰ ਤੋਂ ਔਰ ਕਿਸੇ ਨੂੰ ਵੀ ਕੁਝ ਨਹੀਂ ਜਾਣੇਗਾ ਤੇ ਨਹੀਂ ਜਪੇਗਾ ਇਹ ਜੋ ਬਾਲਕ ਹੈ ਇੱਕ ਅਵਤਾਰੀ ਜਨਮਿਆ ਹੈ ਇਸ ਨੂੰ ਨੌ ਨਾਥ 84 ਸਿੱਧ 6 ਜਤੀ 52 ਵੀਰ 64 ਜੋਗਣੀਆਂ ਭੂਤ ਪ੍ਰੇਤ ਦੇਵ ਦਾਨਵ ਦੇਵੀਆਂ ਰਿਖੀ ਮੂਨੀ ਪੀਰ ਪੈਗੰਬਰ ਸਭ ਇਸ ਦੀ ਆਗਿਆ ਮੰਨਣਗੇ ਤੇ ਆਪ ਇਹ ਨਿਰੰਕਾਰ ਜਗਤ ਤੇ ਉਧਾਰ ਕਰਨ ਵਾਸਤੇ ਆਇਆ ਹੈ ਸੋ ਇਹ ਸਭ ਕੁਝ ਕਹਿਣ ਤੋਂ ਬਾਅਦ ਪੰਡਿਤ ਹਰदयाल ਪ੍ਰੋਹੋਤ ਵਾਪਸ ਆਪਣੇ ਘਰੇ ਚਲੇ ਗਏ ਮਾਤਾ ਕਾਲੂ ਜੀ ਬਹੁਤ ਪ੍ਰਸੰਨ ਹੋਏ ਤੇ ਬੱਚੇ ਦੀ ਬਾਲਕ ਦੀ ਭਾਬ ਗੁਰੂ ਨਾਨਕ ਪਾਸ਼ਾ ਦੀ ਪਾਲਣ ਪੋਸ਼ਣ ਕਰਨ ਲੱਗ ਪਏ ਤੇ ਉਹਨਾਂ ਦੇ ਜੋ ਮਾਤਾ ਤ੍ਰਿਪਤਾ ਦੇਵੀ ਜੀ ਸਾਨੂੰ ਉਹਨਾਂ ਨੂੰ ਉਹਨਾਂ ਦੇ ਸਾਖਸਪੰਦਿਆਂ ਨੇ ਵਧਾਈਆਂ ਦਿੱਤੀਆਂ ਤੇ ਘਰੇ ਬਹੁਤ ਖੁਸ਼ੀ ਦਾ ਮਾਹੌਲ ਰਿਹਾ ਇਸ ਤਰ੍ਹਾਂ ਇਹ ਸਾਖੀ ਸਮਾਪਤ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ